ਈਵਨ ਪੰਜਾਬੀ ਨਿਡਰ ਨਿਰਪੱਖ ਤੇ ਨਵੀਂ ਸੋਚ, ਮੈਂ ਤੁਹਾਡਾ ਦੋਸਤ ਸੋਮ ਸਹੋਤਾ ਦਾ ਲੈ ਕੇ ਹਾਜ਼ਰ ਹਾਂ। ਕਰੰਟ ਇਸ਼ੂ ਲਈ ਚੱਲਦੇ ਹਾਂ ਸੰਗਰੂਰ। ਦੋਸਤੋ, ਇਸ ਸਵੇਰ ਦੀ ਇੱਕ ਬਹੁਤ ਵੱਡੀ ਖਬਰ ਆ ਰਹੀ ਹੈ ਕਿ 1984 ਦੇ ਵਿੱਚ ਇੱਕ ਨਾਮ ਬਾਰ ਬਾਰ ਗੂੰਜ ਰਿਹਾ ਸੀ ਸੱਜਣ ਕੁਮਾਰ ਦਾ, ਲੇਕਿਨ ਮਾਨਯੋਗ ਅਦਾਲਤ ਵੱਲੋਂ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਔਰ ਜਦੋਂ ਇਹ ਐਲਾਨ ਹੋਇਆ ਤਾਂ ਅਲੱਗ ਅਲੱਗ ਇਲਾਕਿਆਂ ਤੋਂ ਅਲੱਗ ਅਲੱਗ ਲੋਕਾਂ ਵੱਲੋਂ ਮੁਬਾਰਕਬਾਦ ਔਰ ਸਰਕਾਰ ਨੂੰ ਔਰ ਖਾਸ ਕਰਕੇ ਮਾਨਯੋਗ ਕੋਰਟ ਦੇ ਇਸ ਫੈਸਲੇ ਦਾ ਹਰ ਇੱਕ ਨੇ ਕੀਤਾ ਸਵਾਗਤ। ਲੇਕਿਨ ਪੂਰੀ ਖਬਰ ਕੀ ਹੈ, ਕਿੱਥੇ ਕਿੱਥੇ ਸਵਾਗਤ ਕੀਤਾ, ਜਾਣਕਾਰੀ ਦੇਣ ਵਾਸਤੇ ਸੰਗਰੂਰ ਤੋਂ ਜਗਤਾਰ ਬਾਬਾ ਜੀ ਜੁੜ ਚੁੱਕੇ ਨੇ, ਉਹਨਾਂ ਤੋਂ ਲੈਂਦੇ ਹਾਂ ਅਪਡੇਟ। ਬਾਬਾ ਜੀ, ਇਸ ਖਬਰ ਨੂੰ ਲੈ ਕੇ ਕੀ ਜਾਣਕਾਰੀ ਹੈ? ਹਾਂਜੀ ਸੋਮ ਜੀ, ਜਿਵੇਂ ਤੁਹਾਨੂੰ ਪਤਾ ਹੈਗਾ ਵੀ 30 ਸਾਲ ਪੁਰਾਣਾ ਕੇਸ ਲੰਕ ਰਿਹਾ ਸੀ ਜੋ 84 ਦੇ ਦੰਗਿਆਂ ਵਾਲਾ ਸੀ ਜੀ, ਤੇ ਉਹਦੇ ਮੁਤਾਬਕ ਜਿਹੜੀ ਸੁਪਰੀਮ ਕੋਰਟ ਦਾ ਫੈਸਲਾ ਆਇਆ ਹੈਗਾ ਵੀ ਸੱਜਣ ਕੁਮਾਰ ਨੂੰ ਜਿਹੜੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਉਸ ਦੇ ਵਿੱਚ ਜਿੱਥੇ ਪੂਰੇ ਪੰਜਾਬ ਦੇ ਵਿੱਚ ਖੁਸ਼ੀ ਦੀ ਲਹਿਰ ਹੈਗੀ, ਸਿੱਖ ਭਾਈਚਾਰੇ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈਗੀ ਵੀ ਤਾਂ ਕਿ ਵੀ ਚਲੋ ਦੇਰ ਆਏ ਦਰੁਸਤ ਆਏ, ਫੈਸਲਾ ਵੀ ਜਿਹੜਾ ਦੋਸ਼ੀਆਂ ਨੂੰ ਸਜ਼ਾ ਹੈਗੀ ਉਹ ਮਿਲ ਚੁੱਕੀ ਹੈਗੀ। ਇਸ ਸੰਬੰਧ ਦੇ ਵਿੱਚ ਸਾਡੀ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਹਰਪਾਲ ਚੀਮਾ ਜੀ, ਉਹਨਾਂ ਨਾਲ ਵੀ ਗੱਲਬਾਤ ਕੀਤੀ, ਉਹਨਾਂ ਨੇ ਵੀ ਇਹੀ ਗੱਲਬਾਤ ਕੀਤੀ ਹੈ ਵੀ ਜਿਹੜਾ ਇਹ ਫੈਸਲਾ ਹੋਇਆ ਬਹੁਤ ਵਧੀਆ ਹੋਇਆ, ਸਵਾਗਤ ਕੀਤਾ ਹੈਗਾ, ਤੇ ਸਿੱਖ ਜਗਤ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਦੇਖਣ ਨੂੰ ਮਿਲ ਰਹੀ ਹੈਗੀ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੀ ਜੋ ਕਿ ਲੌਂਗੋਵਾਲ ਸਾਹਿਬ ਨੇ, ਉਹਨਾਂ ਦਾ ਵੀ ਪ੍ਰਤੀਕਿਰਿਆ ਆਈ ਹੈਗੀ ਇਸ ਸੰਬੰਧ ਚ, ਤੇ ਉਹਨਾਂ ਨੇ ਵੀ ਖੁਸ਼ੀ ਜ਼ਾਹਰ ਕੀਤੀ ਹੈ ਜੀ ਸੋਮ ਜੀ। ਔਰ ਜੇ ਆਪਾਂ ਸਿਆਸੀ ਗਲਿਆਰਿਆਂ ਦੀ ਗੱਲ ਕਰੀਏ ਤੇ ਕਹਿੰਦੇ ਆ ਕਿ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ, ਲੇਕਿਨ ਅਜੇ ਵੀ ਇਹ ਸਜ਼ਾ ਘੱਟ ਹੈ, ਮਤਲਬ ਇਸ ਤਰ੍ਹਾਂ ਦੀ ਵੀ ਖਬਰ ਆ ਰਹੀ ਹੈ? ਦੇਖੋ ਜੀ, ਅਦਾਲਤ ਦੇ ਇੱਕ ਜਿਹੜਾ ਫੈਸਲਾ ਹੋਇਆ ਨਾ ਉਹਦੇ ਵਿੱਚ ਕੁਛ ਲਿਖਿਆ ਹੋਇਆ ਵੀ ਜਿਹੜਾ 30 ਸਾਲ ਲੱਗੇ ਨੇ ਵੀ ਇਹ ਸਿਰਫ ਇਸ ਕਰਕੇ ਲੱਗੇ ਨੇ ਵੀ ਇਹਨਾਂ ਨੂੰ ਸਿਆਸੀ ਸਹਿ ਮਿਲਦੀ ਰਹੀ ਹੈਗੀ ਜੀ, ਤਾਂ ਕਰਕੇ ਹੋ ਸਕਦਾ ਵੀ ਜਿਹੜਾ ਇਹ ਫਾਂਸੀ ਦੀ ਸਜ਼ਾ ਦੀ ਮੰਗ ਕਰ ਰਹੇ ਸੀ ਜਿਹੜੇ ਸਿੱਖ ਭਾਈਚਾਰਾ ਸੀ ਸਾਰਾ ਵੀ 84 ਦੇ ਦੰਗਿਆਂ ਦੇ ਜਿਹੜੇ ਮੁਰਜਮ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈਗੀ, ਤੇ ਚਲੋ ਫਿਰ ਵੀ ਲੋਕਾਂ ਨੇ ਕੁਛ ਨਾ ਕੁਛ ਅਦਾਲਤ ਨੇ ਜਿਹੜਾ ਲੋਕਾਂ ਦੇ ਮਰਹਮ ਲਾਉਣ ਦਾ ਕੰਮ ਕੀਤਾ ਹੈਗਾ ਜੋ ਸੱਜਣ ਕੁਮਾਰ ਨੂੰ ਉਮਰ ਕੈਦ ਹੋਈ ਹੈ, ਪਹਿਲਾਂ ਪਿਛਲੇ ਮਹੀਨੇ ਜੇ ਆਪਾਂ ਚਲੀ ਜਾਈਏ ਇੱਕ ਨੂੰ ਫਾਂਸੀ ਦੇ ਇੱਕ ਨੂੰ ਉਮਰ ਕੈਦ ਹੋਈ ਸੀ ਜੀ, ਤੇ ਉਹਦਾ ਵੀ ਲੋਕਾਂ ਨੇ ਬਹੁਤ ਭਰਵਾਂ ਸਵਾਗਤ ਕੀਤਾ ਸੀ ਜੀ। ਮੈਂ ਦੱਸਣਾ ਚਾਹੁੰਦਾ, ਜਗਤਾਰ ਬਾਬਾ ਜੀ ਨੇ ਚੀਮਾ ਜੀ ਦੇ ਨਾਲ ਵੀ ਗੱਲਬਾਤ ਕੀਤੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲੌਂਗੋਵਾਲ ਸਾਹਿਬ ਦੇ ਨਾਲ ਵੀ ਗੱਲਬਾਤ ਕੀਤੀ ਹੈ, ਸੁਣੋ ਤੁਸੀਂ ਵੀ। ਬਹੁਤ ਲੰਬੇ ਅਰਸੇ ਬਾਅਦ ਫੈਸਲਾ ਆਇਆ ਤਾਂ ਸਵਾਗਤ ਕਰਦੇ ਹਾਂ। ਫੂਲਕਾ ਸਾਹਿਬ, ਐਚ ਐਸ ਫੂਲਕਾ ਜੀ ਜਿਹੜੇ ਕਿ ਸਾਡੇ ਪਹਿਲਾਂ ਵਿਰੋਧ ਦੇ ਨੇਤਾ ਸੀ ਪੰਜਾਬ ਵਿੱਚ, ਉਹਨਾਂ ਨੇ ਅਸਤੀਫਾ ਵੀ ਇਸੇ ਕਰਕੇ ਕੀਤਾ ਸੀ ਵੀ ਕਿਤੇ ਨਾ ਕਿਤੇ ਜਿਹੜੇ ਵੱਡੇ ਮੱਛੀਆਂ ਨੇ, ਜਿਹੜੇ ਵੱਡੇ ਲੋਕ ਨੇ ਜਿਹੜੇ ਕਿਤੇ ਨਾ ਕਿਤੇ ਹਜੇ ਤੱਕ ਸਜ਼ਾ ਤੋਂ ਬਾਹਰ ਸੀ, ਉਹਨਾਂ ਨੂੰ ਸਜ਼ਾ ਦਿਵਾਉਣ ਦੇ ਲਈ ਜਦੋਂ ਜਦੋਂ ਜਾਰੀ ਸੀ, ਉਹਨਾਂ ਦਾ ਬਹੁਤ ਹੀ ਅੱਛਾ ਫੈਸਲਾ ਹੋਇਆ ਗਾ। ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਇਹ ਗੱਲ ਆਈ ਆ, ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਹੋਇਆ ਗਾ ਕਿ ਜੁਡੀਸ਼ਰੀ ਦੇ ਵਿੱਚ ਹਜੇ ਲੋਕਾਂ 'ਚ ਹੋਰ ਬਹੁਤ ਜ਼ਿਆਦਾ ਵੱਡਾ ਵਿਸ਼ਵਾਸ ਪੈਦਾ ਹੋਇਆ ਮੈਂ ਸਮਝਦਾ। ਔਰ ਕਾਂਗਰਸ ਪਾਰਟੀ ਕਿਤੇ ਨਾ ਕਿਤੇ ਇਸ ਗੱਲ ਨੂੰ ਲੈ ਕੇ ਜਿਹੜੀ ਕਹਿੰਦੀ ਸੀ ਵੀ ਸਾਡਾ ਕੋਈ ਵਿਅਕਤੀ 84 ਦੇ ਕਤਲਾਂ 'ਚ ਸ਼ਾਮਲ ਨਹੀਂ, ਅੱਜ ਉਹ ਸ਼ਰਮਨਾਕ ਹੋਣਾ ਚਾਹੀਦਾ ਉਹਨਾਂ ਨੂੰ। ਔਰ ਮੈਂ ਸਮਝਦਾ ਵੀ ਜਿੰਨੇ ਵੀ ਕਾਂਗਰਸ ਪਾਰਟੀ ਲੀਡਰਸ਼ਿਪ ਆ ਸਭ ਨੂੰ ਮਾਫ਼ੀ ਮੰਗਣੀ ਚਾਹੀਦੀ ਆ। ਇਸ ਤੋਂ ਬਿਨਾਂ ਜਿਹੜੇ ਹਾਲੇ ਹੋਰ ਜਿਹੜੇ ਹੈਗੇ ਨੇ ਕਾਨੂੰਨ ਦੀ ਗ੍ਰਿਫਤ ਤੋਂ ਬਾਹਰ ਨੇ ਵਿਅਕਤੀ, ਉਹਨਾਂ ਦੇ ਖਿਲਾਫ਼ ਵੀ ਜਲਦੀ ਕਾਰਵਾਈ ਹੋਣੀ ਚਾਹੀਦੀ ਤਾਂ ਕਿ ਸਾਰੇ ਵਿਅਕਤੀ ਨੂੰ ਸਜ਼ਾ ਮਿਲੇ। ਕੁਮਾਰ ਨੂੰ ਅੱਜ ਉਮਰ ਕੈਦ ਦੀ ਸਜ਼ਾ ਮਿਲੀ ਹੈ, ਮੈਂ ਉਸ ਗੱਲ ਦਾ ਸਵਾਗਤ ਕਰਦਾ। ਸੋ ਸਾਡਾ ਨਿਆਂ ਪ੍ਰਣਾਲੀ 'ਤੇ ਆਸ ਬੱਝੀ ਹੈ, ਅਸੀਂ ਸਮਝਦੇ ਹਾਂ ਕਿ ਭਾਵੇਂ 34 ਸਾਲ ਦੀ ਜੱਦੋ ਜਹਿਦ ਤੋਂ ਬਾਅਦ ਅੱਜ ਇਹ ਸਜ਼ਾ ਹੋਈ ਹੈ, ਦੇਰ ਆਏ ਦਰੁਸਤ ਆਏ, ਫਿਰ ਵੀ ਮੈਂ ਸਮਝਦਾ ਕਿ ਬਹੁਤ ਘੱਟ ਸਜ਼ਾ ਹੈ ਇਹਨੂੰ, ਸਗੋਂ ਜਿਹੜੀ ਫਾਂਸੀ ਦੀ ਸਜ਼ਾ ਜਿਹੜੀ ਸੀ ਹੋਣੀ ਚਾਹੀਦੀ। ਮੈਂ ਇਸ ਗੱਲ ਦਾ ਸਵਾਗਤ ਵੀ ਕਰਦਾ, ਆਸ ਵੀ ਕਰਦਾ ਕਿ ਇਹਨੂੰ
ਹੋਰ ਵੀ ਵੱਧ ਤੋਂ ਵੱਧ ਸਜ਼ਾ ਜਿਹੜੀ ਹੈ ਮਿਲਣੀ ਚਾਹੀਦੀ ਹੈ। ਬਾਕੀ ਦੂਜੇ ਨੇ ਜਿਹੜੇ ਕਮਲਨਾਥ ਹੈ ਜਾਂ ਜਗਦੀਸ਼ ਟੈਟਲ ਹੈ, ਜਿਹੜੇ ਇਹਨਾਂ ਦੇ ਵਾਂਗ ਉਹ ਵੀ ਮੁੱਖ ਦੋਸ਼ੀ ਨੇ, ਜਿਨ੍ਹਾਂ ਸਿੱਖਾਂ ਦਾ ਕਤਲੇਆਮ ਦਿੱਲੀ ਦੇ ਵਿੱਚ ਹਜ਼ਾਰਾਂ ਸਿੱਖ ਮਾਰੇ ਗਏ, ਔਰ ਉਹ ਵਿਚਾਰੇ ਜਿਨ੍ਹਾਂ ਪੀੜਤ ਪਰਿਵਾਰ ਨੇ ਉਹ ਭਟਕਦੇ ਫਿਰਦੇ ਸੀ, ਕਦੇ ਅਦਾਲਤਾਂ ਵਿੱਚ ਜਾਂਦੇ ਸੀ, ਸਰਕਾਰੀ ਦੁਆਰੇ ਫਿਰਦੇ ਸੀ, ਔਰ ਸਿੱਖ ਜਥੇਬੰਦੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਵੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਸਾਰਿਆਂ ਨੇ ਔਰ ਵੱਡੀ ਇਹਦੇ ਵਿੱਚ ਭੂਮਿਕਾ ਜਿਹੜੀ ਹੈ ਉਹ ਨਿਭਾਈ ਹੈ। ਸੋ ਮੈਂ ਸਮਝਦਾ ਅੱਜ ਬਹੁਤ ਇਹ ਖੁਸ਼ੀ ਦੀ ਗੱਲ ਹੈ ਕਿ ਉਹਨੂੰ ਜਿਹੜੀ ਸਜ਼ਾ ਮਿਲੀ ਹੈ, ਭਾਵੇਂ ਇਹ ਸਜ਼ਾ ਅਧੂਰੀ ਹੈ, ਔਰ ਉਹਨੂੰ ਫਾਂਸੀ ਦੀ ਸਜ਼ਾ ਜਿਹੜੀ ਹੈ ਅਸੀਂ ਸਮਝਦੇ ਉਹ ਹੋਣੀ ਚਾਹੀਦੀ ਸੀ। ਸੋ ਦੋਸਤੋ, ਇਹ ਸੀ ਹੁਣ ਤੱਕ ਦੀ ਅਪਡੇਟ। ਬਾਕੀ ਅਪਡੇਟ ਜਿਵੇਂ ਆਉਣਗੀਆਂ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ। ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ। ਫੋਰ ਨਿਊ ਅਪਡੇਟਸ ਪਲੀਜ਼ ਸਬਸਕ੍ਰਾਈਬ A1 ਨਿਊਜ਼ ਐਂਡ ਕਲਿੱਕ ਦ ਬੈਲ ਆਈਕਨ।